ਹਾਂਜੀ ਸਤਿ ਸ਼੍ਰੀ ਅਕਾਲ, ਰਾਮ ਰਾਮ ਭੈਣੋ ਭਰਾਵੋ, ਚਾਚੀਓ ਤਾਈਓ ਮਾਸੀਓ ਅਤੇ ਮਾਮਾ ਜੀ ਅਤੇ ਮਾਮੀ ਜੀ ਨੂੰ ਸਪੈਸ਼ਲ, ਅਤੇ ਜਿੰਨੇ ਵੀਰ ਨੇ ਸਾਰਿਆਂ ਨੂੰ ਰਾਮ ਰਾਮ, ਦੁਆ ਸਲਾਮ, ਵਾਹਿਗੁਰੂ ਖਾਲਸਾ ਸਾਹਿਬ ਜੀ ਫਤਿਹ। ਹਾਲੇ ਲਓ ਜੀ, ਅੱਜ ਦਿਹਾੜੀਦਾਰ ਕੀ ਕਹਿੰਦੇ ਨੇ ਛੁੱਟੀ ਆ, ਮਸਾਂ ਕਿਤੇ ਛੁੱਟੀ ਹੋਈ ਆ, ਅਤੇ ਅੱਜ ਥੋੜ੍ਹਾ ਜਿਹਾ ਘੁੰਮਣ ਚੱਲੇ ਹਾਂ। ਜਿਵੇਂ ਬੰਦੇ ਆ ਜਿਹੜੇ ਵੱਡੇ ਵੀ ਹੁੰਦੇ ਆ ਅਤੇ ਬਾਉਣੇ ਵੀ ਹੁੰਦੇ ਹੈ ਨਾ, ਅਤੇ ਉਹ ਜਿਹੜੇ ਦਰਖਤ ਨੇ ਰੁੱਖ ਤੁਹਾਨੂੰ ਬਾਉਣੇ ਵਿਖਾਣੇ ਨੇ, ਅਸਲ ਦੇ ਵਿੱਚ ਉਹਨਾਂ ਨੂੰ ਇੰਗਲਿਸ਼ 'ਚ ਕਹਿੰਦੇ ਆ ਬੌਨਸਾਈ ਅਤੇ ਪੰਜਾਬੀ 'ਚ ਕਹਿੰਦੇ ਬਾਉਣੇ, ਅਤੇ ਵੈਸੇ ਉਹਨਾਂ ਜਪਾਨੀ, ਜਪਾਨ ਦੀ ਤਕਨੀਕ ਆ, ਜਪਾਨੀ ਰੁੱਖ ਕਹਿ ਦਿੰਦੇ ਆ। ਸ਼ਹਿਰ ਆ ਜਿਹੜਾ ਰੀਲੈਂਡ, ਉਹ ਥੋੜ੍ਹਾ ਜਿਹਾ ਘੁਮਾ ਦੇ, ਨਿੱਕਾ ਜਿਹਾ ਵਲੋਗ, ਨਿੱਕੀ ਜਿਹੀ ਵੀਡੀਓ ਹੈ, ਵੇਖੋ ਜੀ। ਸ਼ਹਿਰ ਐਡੀਲੇਡ, ਵੈਸੇ ਉਂਝ ਤਾਂ ਮੈਲਬਰਨ ਤੋਂ ਅਤੇ ਸਿਡਨੀ ਤੋਂ ਬਹੁਤ ਛੋਟਾ, ਪਰ ਐਂ ਵੀ ਇੱਥੇ ਸ਼ਾਂਤੀ ਬੜੀ ਆ, ਟ੍ਰੈਫਿਕ ਬੜੀ ਘੱਟ ਹੈ, ਅਤੇ ਆਪਣਾ ਸ਼ਹਿਰ ਚਲੋ ਛੋਟਾ ਹੀ, ਭਾਵੇਂ ਸਪੀਡ ਜਾਣਾ ਜਿਹੜਾ 60 ਦੀ ਹੈ ਤਕਰੀਬਨ ਵਧੀਆ, ਬੰਦਾ ਬਾਹਰ ਵਾਲਾ ਕਿਤੇ ਜਾਣਾ ਹੋਵੇ ਨਾ, ਖੱਜਲ ਨਹੀਂ ਹੁੰਦਾ, ਜਾਮ ਨਹੀਂ ਲੱਗਦੇ ਵੱਡੇ। ਮੈਲਬਰਨ ਅਤੇ ਸਿਡਨੀ 'ਤੇ ਬੰਦਾ ਨਾ ਦਿੱਲੀ ਵਾਲਾ ਹੀ ਕੰਮ ਆ, ਲਾ ਲਓ ਵੀ ਇੰਨਾ ਬੰਦਾ ਖੱਜਲ ਹੋ ਜਾਂਦਾ ਜਦੋਂ ਕਿਤੇ ਟ੍ਰੈਫਿਕ ਹੋਵੇ ਜਾਂ ਛੁੱਟੀ ਹੁੰਦੀ ਕੰਮ ਤੋਂ ਜਾਂ ਸਵੇਰੇ ਕੰਮ 'ਤੇ ਜਾਣਾ ਹੋਵੇ। ਅਤੇ ਬਾਕੀ ਸ਼ਹਿਰ ਸ਼ੁਰੂ ਹੈ ਸਾਰੇ ਇੱਕੋ ਜਿਹੇ ਨੇ, ਉਹ ਪੁਰਾਣੀਆਂ ਬਿਲਡਿੰਗਾਂ ਜਿਵੇਂ ਇਹੋ ਜਿਹੀਆਂ ਬਣੀਆਂ, 1847 ਦੀ ਬਣੀ ਹੈ ਬਿਲਡਿੰਗ, ਕਿੱਡੀ ਸੋਹਣੀ ਬਣੀ, ਇਹੋ ਜਿਹੀਆਂ ਪੁਰਾਣੀਆਂ ਬਿਲਡਿੰਗਾਂ ਹਰੇਕ ਸ਼ਹਿਰ 'ਚ ਹੈਗੀਆਂ ਨੇ। ਆਹ ਵੇਖੋ ਸਾਹਮਣੇ ਕਿੰਨਾ, ਕਿੰਨੀ ਕਲਾਸੀ ਜੀ, ਇੱਥੇ ਉਹ ਮਸਜਿਦਾਂ ਬਹੁਤ ਬਣੀਆਂ, ਟਰੈਮਾਂ ਚੱਲਦੀਆਂ। ਪੁਰਾਣੀਆਂ ਜੀ ਮਸਜਿਦਾਂ, ਮਸਜਿਦਾਂ ਕਹਿੰਦਾ ਕੀ ਕਹਿੰਦੇ ਨੇ ਉਹ ਜਿਹੜੇ ਅੰਗਰੇਜ਼ਾਂ ਲਈ ਗੋਰਿਆਂ ਨੂੰ ਹੁੰਦੀ ਚਰਚ, ਹਾਂ ਚਰਚਾਂ ਬਹੁਤ ਸੋਹਣੀਆਂ ਬਣੀਆਂ ਪੁਰਾਣੀਆਂ। ਆਹ ਫਰਾਰੀ ਦਾ ਸ਼ੋਰੂਮ, ਅਤੇ ਆਹ ਜਿਹੜੀ ਆਹ ਖੜੀ, ਇਹਨੂੰ ਕਹਿਣ ਡਿਆ ਪਰਸੋਂ ਦਾ ਫੜਾ ਜਾ ਫੜਾ ਜਾ ਫੜਾ ਜਾ, ਅਤੇ ਨਹੀਂ ਮੰਨਣ ਡਿਆ, ਹੁਣ ਕੀ ਕਰੀਏ। ਮਾਮਾ ਜੀ ਆਹ ਲੱਗਿਆ ਨੇ ਨਾਲ, ਇਹਨਾਂ ਦੇ ਨਾ ਭਰਾਵਾ ਦੂਰ ਹੀ ਰੱਖੇ, ਇਹਨਾਂ ਦੇ ਨਾ ਗੱਡੀ ਦੇ ਵਿੱਚ ਵੀ ਕੈਮਰੇ ਇਹੋ ਜਿਹੇ ਲੱਗੇ ਨੇ ਵੀ ਉਹਨੇ ਨਾਲ ਦੇਣਾ ਦੱਸ ਦੇਣਾ ਵੀ ਆਹ ਬੰਦਾ ਜਿਹੜਾ ਗੱਡੀ ਵਾਲਾ ਲਾਇਸੈਂਸ ਹੈ, ਆਹ ਨੰਬਰ ਹੈ, ਇੱਥੇ ਰਹਿੰਦਾ, ਇੱਥੇ ਜਾਂਦਾ, ਇੱਥੇ ਆਉਂਦਾ, ਆਹ ਗੱਲ ਆ ਬਾਅਦ। ਇੱਥੋਂ ਗਾਰਡਨ ਸ਼ੁਰੂ ਹੋ ਗਿਆ ਸ਼ਹਿਰ ਦੇ ਵਿੱਚ ਵੀ, ਇਹਨਾਂ ਨੇ ਰੱਖਿਆ ਹੁੰਦਾ ਪੂਰਾ ਘਾਹ ਵਾਲਾ, ਆਹ ਗਾਰਡਨ ਜਾਂ ਇੱਥੋਂ ਤਕਰੀਬਨ ਸ਼ੁਰੂ ਹੋ ਗਿਆ।
ਬੜੇ ਸੋਹਣੇ ਸੋਹਣੇ ਰੁੱਖ ਜੇ, ਜੀ ਜਿਹਾ ਲੱਗਦਾ ਬੰਦੇ ਦਾ ਵਧੀਆ। ਆਵੇ ਲਾ ਹੁਣ ਧੁੱਪ ਚੜ੍ਹੀ ਅਤੇ ਹੁਣ ਛਾਂ ਜੀ ਆ ਗਈ ਇਹਦੇ। ਵਾਹ ਜੀ ਵਾਹ, ਆਹ ਬਿਲਡਿੰਗਾਂ ਨਿੱਕੀਆਂ ਨਿੱਕੀਆਂ ਜੀ, ਬਿਲਡਿੰਗਾਂ ਖਾਸ ਇਹਦੇ ਵਿੱਚ। ਇੱਥੇ ਰਨਿੰਗ ਰੁਨਿੰਗ ਕਰਨ ਵਾਲਾ ਦਾ ਕੰਮ, ਸਾਡੇ ਵਰਗਾ ਰੋਟੀਆਂ ਖਾ ਕੇ ਸੌਣ ਵਾਲਾ ਕੰਮ ਕੋਈ ਨਹੀਂ ਹੈ। ਇੱਥੇ ਤਾਂ ਬੰਦਾ ਰਨਿੰਗ ਰੁਨਿੰਗ ਕਰਦਾ, ਚਿੱਟੇ ਚਿੱਟੇ ਫੁੱਲ ਜੇ ਕਿੱਡੇ ਸੋਹਣੇ ਲੱਗਦੇ। ਪੱਤਝੜ ਗਈ ਤੇ ਬਹਾਰ ਆ ਰਹੀ ਹੈ। ਲਓ ਜੀ ਰੰਗ ਰੰਗ ਤਮਾਸ਼ੇ ਦੁਨੀਆ ਦੇ, ਜ਼ਿੰਦਗੀ ਚੱਲ ਰਹੀ। ਆਹ ਪੁਰਾਣੇ ਘਰ, ਇਹ ਵੈਸੇ ਵਧੀਆ ਵੀ ਨੇ, ਸੋਹਣੇ ਵੀ ਨੇ। ਆ ਕੋਠੀਆਂ ਜੀ ਪੱਕੀਆਂ ਇੱਟਾਂ ਦੀਆਂ ਬਣੀਆਂ ਨੇ। ਲਾਈਟਾਂ, ਕੈਮਰਾਮੈਨ ਨੀਚੇ ਵੇਖ ਦੇਖ ਕੇ। ਇੱਥੇ ਆਹ ਐਂਟਰੀ ਗਾਰਡਨ ਦੀ, ਅਤੇ ਆਹ ਫੁੱਲ ਕਿੰਨੇ ਘੈਂਟ, ਆਹ ਬਹੁਤ ਘੈਂਟ ਲੱਗਦੇ ਮੈਨੂੰ, ਵਧੀਆ ਲੱਗਦੇ ਆ। ਆ ਹਾ ਹਾ ਹਾ, ਪਲੀਜ਼ ਰਿਸਪੈਕਟ ਦਾ ਨੇਚਰ ਆਫ ਦਾ ਗਾਰਡਨ, ਪਿਛਲੀ ਅੰਗਰੇਜ਼ੀ ਨਹੀਂ ਪੜ੍ਹਨੀ ਆਉਂਦੀ। ਆਹ ਹਾ ਹਾ, ਆਹ ਕਿੰਨੇ ਸੋਹਣੇ ਲੱਗੇ ਆ ਬੇਰ ਜੇ। ਵਾਹ, ਲਾਲ ਲਾਲ ਰੰਗ ਲੰਘ ਝਾਈ ਨਹੀਂ ਸਕੇ। ਵਾਹ ਜੀ ਵਾਹ, ਇੰਨੀ ਸ਼ਾਂਤੀ, ਇੰਨਾ ਨਜ਼ਾਰਾ, ਕੁਦਰਤ ਦੇ ਰੰਗ ਆ ਹੈ। ਪਾਣੀ ਦੀਆਂ ਛੱਲਾਂ ਹੋਵਣ, ਮੈਂ ਨਾ ਨੇੜੇ ਆਵਾਂ ਛੱਲਾਂ ਦੇ। ਵਾਹ, ਕਿਆ ਬੂਟੇ ਬਣਾਏ ਨੇ ਹੈ ਨਿੱਕੇ ਨਿੱਕੇ ਬੌਨਸਾਈ। ਆਹ ਚਿੱਟੇ ਫੁੱਲ, ਪਾਣੀ ਹੈ ਤਾਂ ਗੰਦਾ ਵੈਸੇ, ਪਰ ਕਮਲ ਖਿੜਿਆ ਨਹੀਂ ਗਿਆ। ਕਮਲ ਤਾਂ ਨਾ ਇੰਡੀਆ ਵਾਲੇ ਗੰਦ 'ਚ ਹੀ ਖਿੜਦਾ ਬਣ ਗਿਆ, ਇੱਥੋਂ ਵਾਲੇ ਗੰਦ 'ਚ ਨਹੀਂ ਖਿੜਦਾ। ਆਹ ਕਿੰਨਾ ਘੈਂਟ ਆ। ਵਾਹ, ਇੱਕ ਨਾ ਆਪਣਾ ਤੁਸੀਂ ਦੂਜਿਆਂ ਨੂੰ ਤਾਂ ਬੜੇ ਵੇਖੇ ਹੋਣੇ ਆ ਗੁਲਾਬ ਜਿਹੜੇ ਲੱਗਦੇ ਆ, ਇੱਕ ਰੁੱਖ ਦੇ ਗੁਲਾਬ ਲੱਗੇ ਤੁਹਾਨੂੰ ਮੈਂ ਵਿਖਾਉਣਾ। ਉਰ ਆਇਓ, ਆਹ ਦੇਖੋ ਰੁੱਖ ਨੂੰ ਗੁਲਾਬ ਲੱਗੇ ਪਹਿਲੀ ਵਾਰੀ। ਦੂਜਾ ਇਹ ਬਹੁਤ ਵੱਡਾ ਹੋ ਜਾਂਦਾ ਇਹਦਾ ਬੂਟਾ ਜਿਹਾ, ਜਿਵੇਂ ਦਰਖਤ ਹੁੰਦਾ ਦਰਖਤ ਉਵੇਂ ਬਣ ਜਾਂਦਾ ਹੈ ਦਰਖਤ। ਬੜੇ ਘੈਂਟ ਫੁੱਲ ਲੱਗਦੇ ਨੇ, ਬਹੁਤ ਸੋਹਣੇ ਲੱਗਦੇ ਨੇ, ਘਰੇ ਵੀ ਲਾਏ ਹੋਣ ਦੇ। ਚਿੜੀਆਂ ਚੂੰ ਚੂੰ ਕਰਦੀਆਂ। ਲਓ ਜੀ, ਆਹ ਹੈਗੀ ਹਿਸਟਰੀ ਆਹ ਬਾਗ ਦੀ, ਅਤੇ ਆਹ ਲਿਖਿਆ ਪੜ੍ਹ ਲਿਆ ਜੀ ਪੌਜ਼ ਕਰਕੇ, ਅਤੇ ਆਹ ਤੁਹਾਨੂੰ ਅੱਗੇ ਵਿਖਾ ਦਈਏ ਨਾਲ ਨਾਲ ਆਈ ਜਾਓ। ਪਾਣੀ ਦਾ ਝਰਨਾ ਇੱਧਰ ਵੱਡਾ, ਵਾਟਰਫਾਲ, ਬਚ ਕੇ ਇਹਦੇ ਵਿੱਚ ਹੀ ਨਾ ਡੁੱਬ ਜਾ ਬੰਦਾ। ਇੱਕ ਇੱਥੇ ਬੱਤਕ ਵਿਚਾਰੀ ਰਹਿੰਦੀ ਹੈ ਉਹਦੀ ਜਵਾਕ ਨਾਲ, ਅਤੇ ਇਕੱਲੀ ਰਹਿੰਦੀ ਹੈ ਆਪਣੀ, ਇਕੱਲੀ ਜੌਬ ਕਰਦੀ ਇੱਥੇ। ਬਸ ਆ ਇੱਥੇ ਦਰਖਤ ਆ ਸਾਈਡ 'ਤੇ ਫੁੱਲਾਂ ਵਾਲੇ, ਗਾਇਸ ਉਹ ਵੇਖੋ ਝਰਨਾ ਕਿੱਡਾ ਘੈਂਟ ਲੱਗਦਾ। ਝੜ ਗਏ ਇਹਨਾਂ ਦੇ ਫੁੱਲ ਜਾਣਗੇ, ਬਹੁਤ ਸੋਹਣੇ ਸੋਹਣੇ, ਕਈਆਂ ਦੇ ਤਾਂ ਆ ਗਏ ਆ, ਕਈਆਂ ਦੇ ਰਹਿੰਦੇ ਆ। ਪਾਰਕ ਹੋ ਗਈ।
ਅੱਗੇ ਚੱਲਦੇ ਹਾਂ। ਕੈਮਰਾਮੈਨ ਮੇਰਾ ਹਾਲੇ ਉੱਤੇ ਤੋਂ ਵਿਖਾਈ ਜਾਂਦਾ। ਲਓ ਜੀ ਚਿੱਟੇ ਫੁੱਲ, ਕਲਮ ਲਈ ਜਾ ਰਹੀ ਫੁੱਲਾਂ ਦੀ। ਲਓ ਵੀ ਆ ਸਾਹਮਣੇ ਉਹ ਚਿੱਟੇ ਚਿੱਟੇ ਫੁੱਲ, ਤੁਹਾਨੂੰ ਸ਼ਾਇਦ ਵੇਖਦੇ ਨਹੀਂ ਹੋਣੇ ਰੁੱਖ ਦੇ, ਬਹੁਤ ਸੋਹਣੇ ਆ, ਵੇਖਣ ਵਾਲੀ ਚੀਜ਼ ਆ ਵੈਸੇ। ਕੈਮਰਾਮੈਨ ਸਾਹਿਬ ਪਿੱਛੇ ਵੇਖ ਕੇ ਹੌਲੀ ਹੌਲੀ ਹੈ, ਕਿਤੇ ਕੱਢਣੇ ਪੈਣ ਬਾਅਦ 'ਚ ਗੋਤੇ ਖਾਂਦੇ ਹੁਣ। ਲਓ ਜੀ ਆਹ ਜੰਗਲ 'ਤੇ ਆ ਗੋਲ ਗੋਲ ਬੂਟੇ ਹੋਰ ਆ ਗਏ, ਇਹਨਾਂ ਦੇ ਕਰੋ ਦਰਸ਼ਨ। ਵੇਖਣ ਵੇਖਣ ਨੂੰ ਵੈਸੇ ਹੈ ਨਹੀਂ ਐਡਾ, ਚਲੋ ਅਸੀਂ ਤਾਂ ਵਿਹਲੇ ਸੀ, ਵੀਡੀਓ ਬਣਾ ਲਏ। ਲਓ ਜੀ ਆਹ ਆਪਣਾ ਤਰਮਖਾਨਾ ਪੱਥਰ, ਆਹ ਪੱਥਰ ਜਿਹੜਾ ਇਹਦੇ ਵਿੱਚੋਂ ਪਾਣੀ ਨਿਕਲਦਾ, ਪਤਾ ਨਹੀਂ ਕਿਵੇਂ ਨਿਕਲਦਾ ਵੀ, ਹੁਣ ਰੱਬ ਜਾਣੇ। ਆਪਣੇ ਪਿੰਡਾਂ ਵਾਲੀਆਂ ਬੁੜੀਆਂ ਹੁੰਦੀਆਂ, ਉਹਨਾਂ ਨੇ ਕਹਿਣਾ ਸੀ ਭੈਣ ਜੀ ਉਸ ਦਾ ਪੱਥਰ 'ਚੋਂ ਪਾਣੀ ਨਿਕਲਦਾ, ਇਹਨਾਂ ਨੇ ਤਾਂ ਪਰ ਪੰਪ ਲਾਇਆ ਥੱਲੋਂ, ਪਾਣੀ ਥੱਲੋਂ ਚੁੱਕ ਕੇ ਉੱਪਰ ਆਈ ਜਾਂਦਾ ਨਾਲ ਨਾਲ। ਅਤੇ ਉੱਧਰ ਵੀ ਖਾਣਾ ਤੁਹਾਨੂੰ ਸਾਰਾ ਗਾਰਡਨ ਪੱਲੀ ਸਾਈਡ, ਇੱਥੇ ਲਾ ਲਓ ਵੀ ਗੋਰੇ ਹੋਣਗੇ ਕੋਈ 12-13 ਗੋਰੇ ਹੋਣਗੇ ਘੁੰਮਣਾ ਜਿਹੜੇ, ਆਪਣੇ ਲਈ ਦੇਸੀ ਕੋਈ ਵੀ ਨਹੀਂ, ਅਸੀਂ ਵੀ ਚਲੋ ਉਈਂ ਆ ਗਏ ਅਤੇ ਬਸ ਅਸੀਂ ਦੋ ਹੀ ਸੀਗੇ, ਬਾਕੀ ਸਾਰੇ ਗੋਰੇ। ਆਪਣੇ ਲਈ ਦੇਸੀ ਵੈਸੇ ਘੁੰਮਦੇ ਘੁੰਮਦੇ ਘੱਟ ਹੀ ਨੇ, ਸਮੇਤ ਆਪਾਂ ਅਸੀਂ ਲਾ ਲਾ ਸਾਰੀ, ਆਪਾਂ ਨੂੰ ਦਿਹਾੜੀ ਲਾ ਕੇ ਬਸ ਆਉਂਦਾ ਰੋਟੀਆਂ ਕਰੇ ਬਾਈ। ਅਤੇ ਆਹ ਪਤਾ ਨਹੀਂ ਕੀ ਅੰਦਰ ਬਜਰੀ ਜੀ ਦਰਖਤ ਦਰੁਖਤ ਜੀ ਕੀ ਬਣਾਇਆ ਇਹਨਾਂ ਨੇ ਲੱਗਣਾ ਇੱਥੇ। ਲਓ ਜੀ ਆਹ ਬਤਕ ਵਿਖਾਈਏ ਤੁਹਾਨੂੰ, ਆਹ ਬੈਠੀ ਸਾਹਮਣੇ ਵੇਖ ਗਈ ਕਿ ਨਹੀਂ, ਕਾਲੀ ਜੀ ਧੋਣ ਵਾਲੀ ਗ੍ਰੇ ਜੀ ਉਹਦੀ ਖੰਭ ਸਾਹਮਣੇ ਬੈਠੀ ਹੈ। ਵੇਖ ਲਓ ਇਹ ਵੀ ਸਫਾਈ 'ਚ ਰਹਿਣਾ ਪਸੰਦ ਕਰਦੇ ਆ, ਨਾਲੇ ਦਾ ਜਵਾਕ ਜਾ ਇੱਥੇ ਲੁਕਿਆ ਹੋਣਾ, ਕਿਤੇ ਕਿਤੇ ਨਹੀਂ ਗਈ ਅੱਜ ਵੀ ਵੀਕਐਂਡ 'ਤੇ ਘਰੀ ਸੀ ਮੈਨੂੰ ਲੱਗਦਾ, ਅਤੇ ਆਰਾਮ ਨਾਲ ਬੈਠੀ ਕੋਈ ਫਿਕਰ ਨਹੀਂ ਆਉਂਦਾ, ਬ੍ਰੇਕਫਾਸਟ ਕਰਕੇ ਕੀੜੇ ਕੂੜੇ ਖਾ ਕੇ ਐਂ ਬੈਠੀ ਨਹੀਂ ਆ ਜਾਣਾ, ਇੱਥੇ ਰਹਿੰਦੀ ਇਕੱਲੀ। ਲਓ ਵੀ ਐਚ ਐਨ ਐਮ ਦਾ ਕੁਛ ਮਿਲਿਆ ਨਹੀਂ ਗਾ, ਆਪਾਂ ਹੁਣ ਆ ਗਏ ਮਾਇਰ, ਇੱਥੇ ਵੇਖੀਏ ਰੰਗ ਬਿਰੰਗੇ ਜਿਹਨਾਂ ਨੇ ਇਹ ਚੀਜ਼ਾਂ ਜ਼ਿਆਦੀਆਂ ਹੁੰਦੀਆਂ ਨੇ ਆਪਣੀਆਂ, ਤੁਹਾਨੂੰ ਪਤਾ ਹੀ ਬੰਦਿਆਂ ਦੀਆਂ ਕਿਹੜੀਆਂ ਚੀਜ਼ਾਂ ਨੇ, ਆਹ ਹਿੱਲਾ ਹੁੱਲਾਂ ਜੀ ਬੰਦੇ ਵਾਲੇ ਦਾ 2-4 ਡਿਜ਼ਾਇਨ ਹੁੰਦੇ ਆ ਬੂਟਾਂ ਦੇ ਬਸ। ਚਲੋ ਜੀ ਆਹ ਪਏ ਨੇ ਇਹਨਾਂ ਦੇ ਰੰਗ ਬਿਰੰਗੇ, ਲੋ ਵੇਖਦੇ ਹਾਂ ਜੇ ਕੋਈ ਚਾਹੀਦੀ ਚੀਜ਼ ਇੱਥੇ ਮਿਲਦੀ ਜੀ, ਇਹਦਾ ਕੁੜੀਆਂ ਲਈ ਵੈਸੇ ਬੰਦਿਆਂ ਲਈ ਉਹੀ ਉੱਪਰ ਵੇਖਾਂਗੇ। ਲਓ ਜੀ ਮੇਰੀ ਕਾਰ ਵਾਲੀ ਲੰਘ ਗਈ ਕਿਸੇ ਹੋਰ ਪਾਸੇ ਵੇਖਣ, ਆਪਾਂ ਮਾੜੀ ਸ਼ਕਲ ਵੇਖ ਲਈ ਸ਼ੀਸ਼ੇ 'ਚ, ਅਤੇ ਆਪਾਂ ਜਿੱਥੇ ਵੇਖਦੇ ਹਾਂ ਕੋਈ ਨਾ ਕੋਈ ਸ਼ਾਇਦ ਹੋਈ ਤਾਂ, ਐਂ ਤਾਂ ਵੈਸੇ ਜਨਾਨੀ ਵਾਲੀਆਂ ਨੇ ਆਪਣੀ ਤਾਂ ਕੋਈ ਹੈ ਨਹੀਂ। ਚਲੋ ਜੀ ਇੱਥੇ ਪਰਫਿਊਮ ਪਰਫਿਊਮ ਲਾਉਂਦੇ ਹਾਂ ਇੱਕ ਸਿੰਗਰ ਆਪਣੇ ਜਿਵੇਂ ਲਾ ਵੀ ਰਿਹਾ ਉਵੇਂ ਲਾ ਵੀ ਰਿਹਾ ਇੱਥੇ ਲੱਗਦਾ ਆਹ ਸੂਰ ਇਹਨਾਂ ਨੇ ਜਦੋਂ ਇੱਥੇ ਆਏ ਸੀ ਸਾਊਥ ਆਸਟ੍ਰੇਲੀਆ, ਪਹਿਲਾਂ ਇੱਥੇ ਐਵੇਂ ਦੇ ਸੂਰ ਸੀਗੇ, ਜਿਹੜੇ ਸਕੇ ਭਰਾ ਸੀ ਇਹਨਾਂ ਦੇ, ਸੋਰੀ ਆ ਸਭ ਤੋਂ ਵੱਡਾ ਭਰਾ ਉਹ ਸੀਗਾ, ਅਤੇ ਉਦੋਂ ਬਾਅਦ ਜਿਹੜਾ ਛੋਟਾ ਭਰਾ ਉਹ ਸੀਗਾ,
ਤੇ ਆ ਛੋਟਾ ਸਭ ਤੋਂ ਛੋਟਾ ਭਰਾ ਇਹ ਸੀਗਾ, ਉਹ ਆਪਣਾ ਬਹਿੰਦਾ ਸੀਗਾ ਲੋਕਾਂ ਨੂੰ ਆਪਣਾ ਹੈਲੋ ਹਾਏ ਕਰਦਾ ਸੀਗਾ। ਤੇ ਆਹ ਜਿਵੇਂ ਬਾਹਰ ਅੰਦਰ ਜਾਂਦਾ ਸੀਗਾ ਆਹ ਮੋਟਾ ਵੱਡਾ, ਤੇ ਇਹਦੇ ਕਰਕੇ ਖਾਣਾ ਪੀਣਾ ਜਿੰਨਾ ਵੀ ਲੈ ਕੇ ਆਉਣਾ ਇਹਨੇ ਲੈ ਕੇ ਆਉਣਾ, ਤੇ ਇਹ ਖਾਣਾ ਪੀਣਾ ਬਾਹਰ ਅੰਦਰ ਜਾਂਦਾ ਸੀਗਾ, ਕੋਈ ਕੰਮ ਕਰਦਾ ਇਹਨੇ ਕਰਨਾ ਤੇ ਇਹਨੇ ਵਿਹਲੇ ਬਹਿ ਕੇ ਖਾਣਾ, ਤੇ ਉਹ ਹਲੇ ਸ਼ਰਾਰਤਾਂ ਕਰਨ ਸੀਗਾ, ਬਸ ਆਹ ਕੰਮ ਸੀ ਮੈਂ ਆਹ ਸਟੋਰੀ ਸੁਣਾਈ। ਕੀ ਨਾਂ ਦਾ? ਆਹ ਲਿਵਰ ਭਾਊ ਆ ਰਸ਼ੋ, ਆਹੋ ਤੇ ਆਹ ਟਰਾਫੀਸ ਆਹੋ ਆਹੋ ਆਵੇ 21 ਦਸੰਬਰ, ਤੁਸੀਂ ਕਹੋ ਕਿ ਝੂਠ ਬੋਲਦਾ, ਆਹ ਵੇਖੋ 21 ਦਸੰਬਰ 1999 ਠੀਕ ਆ, ਤੇ ਇਹਦਾ ਹੋਇਆ ਨਾ ਡੇਟ ਆਫ ਬਰਥ, ਆਹ ਵੀ 21 ਦਸੰਬਰ ਆ, ਪਰ ਇਹ ਵੱਡਾ ਸੀ ਸਭ ਤੋਂ ਵੱਡਾ ਭਰਾ ਇਹਨਾਂ ਦਾ ਇਹ ਸੀਗਾ। ਤੇ ਆਹ ਜਿਹੜਾ ਤੁਹਾਨੂੰ ਦੱਸਿਆ ਵੀ ਇਹ ਬਾਹਰ ਅੰਦਰ ਜਾਂਦਾ ਸੀਗਾ, ਬਾਹਰ ਕੰਮ ਸਾਰਾ ਕੰਮ ਇਹਦੇ ਕੋਲ ਸੀਗਾ। ਤੇ ਆਹ ਇਹਨਾਂ ਦੀ ਆਪਣਾ ਮੰਮੀ ਸੀ, ਇਹਨਾਂ ਦੀ ਮੰਮੀ ਸੀ ਹਾਂ, ਇਹ ਇਹਨਾਂ ਦੀ ਮਾਂ ਸੀਗੀ, ਇਹਨੇ ਰੌਲਾ ਪਾਉਂਦੀ ਰਹਿਣਾ ਸਾਰਾ ਦਿਨ, ਇਹਨੂੰ ਇਹ ਕੰਮ ਸੀ ਹੋਰ ਕੋਈ ਕੰਮ ਨਹੀਂ। ਲਓ ਜੀ ਆਹ ਤੁਹਾਨੂੰ ਮੈਂ ਕੁੜੀ ਵਿਖਾਉਣਾ, ਇਹਦੀ ਬਹੁਤ ਹਿਸਟਰੀ ਤਕੜੀ ਹੈ। ਇਹ ਕੁੜੀ ਨਾ ਕਿਸੇ ਹੋਰ ਗ੍ਰਹਿ ਤੋਂ ਡਿੱਗੀ ਸੀਗੀ, ਬਹੁਤ ਤੇਜ਼ ਉੱਤੋਂ ਹਵਾ 'ਚ ਜਿਵੇਂ ਆਈ ਐਵੇਂ, ਬਸ ਐਵੇਂ ਆ ਕੇ ਇੱਥੇ ਰੁੱਖ 'ਤੇ ਡਿੱਗ ਪਈ ਆ ਕੇ। ਫਿਰ ਇਹਨਾਂ ਨੇ ਐਡੀਲੇਡ ਵਾਲਿਆਂ ਜਦੋਂ ਇੱਥੇ ਆਸਟ੍ਰੇਲੀਆ ਬਣਾਇਆ ਅਤੇ ਫਿਰ ਇਹਨਾਂ ਨੇ ਬਸ ਇਹਦੇ ਉੱਤੇ ਦਰਖਤ ਵੀ ਉਵੇਂ ਰਹਿਣ ਦਿੱਤਾ, ਉਹਨੂੰ ਕੱਟ ਕੇ ਸਟੇਡਾ ਜਿਹਾ ਉਹਦੇ 'ਤੇ ਚਿਪਕੇ ਤੀ, ਅਤੇ ਕਾਲੀ ਤਾਂ ਹੋ ਗਈ। ਤੁਹਾਨੂੰ ਪਤਾ ਵੀ ਜਦੋਂ ਅਸਮਾਨ 'ਚੋਂ ਕੋਈ ਚੀਜ਼ ਡਿੱਗਦੀ ਤਾਂ ਉਹਨੂੰ ਅੱਗ ਲੱਗ ਜਾਂਦੀ ਹੈ, ਇਹ ਵਿਚਾਰੀ ਉਦੋਂ ਦੀ ਐਵੇਂ ਰਹੀ ਹੈ, ਬਸ ਪੱਕੀ ਹੋ ਗਈ ਉੱਥੇ, ਇਹਨੂੰ ਕੁਛ ਨਹੀਂ ਕੀਤਾ। ਆਹ ਇਹਦੀ ਹਿਸਟਰੀ ਆ। ਲਓ ਜੀ ਆਹ ਰੈਂਡਲ ਮਾਲ ਛੋਟਾ ਜਿਹਾ, ਅਤੇ ਇੱਥੇ ਤੁਸੀਂ ਹੁਣ ਵੇਖੋ ਇੱਕ ਚੀਜ਼ ਨੋਟਿਸ ਕਰਿਆ ਜੀ, ਇੱਥੇ ਨਾ ਕਿੰਨੀਆਂ ਕੁੜੀਆਂ ਲੰਘਦੀਆਂ ਸਾਹਮਣੇ ਅਤੇ ਕਿੰਨੇ ਮੁੰਡੇ ਨੇ, ਵੇਖ ਲਓ ਬੰਦੇ ਕਿੰਨੇ ਆ। ਇਹ ਜਨਾਨੀਆਂ ਨੇ ਜਿਹੜੀਆਂ ਸਰਦਾਰਨੀ ਘਰ ਬੈਠੇ ਆ, ਗਿਣ ਲਓ ਤੁਸੀਂ 2 ਮੁੰਡੇ ਅਤੇ 10 ਤੁਹਾਨੂੰ 8 ਕੁੜੀਆਂ ਮਿਲਣੀਆਂ ਇੱਥੇ ਘੱਟੋ ਘੱਟ। ਇੱਕ ਆਹ ਲੰਘ ਗਈ ਆ ਮੋਟੋ, ਇੱਕ ਮੇਰੇ ਲਈ ਪਿੱਛੇ ਲੱਗੀ ਹੁੰਦੀ ਹੈ, ਇੱਕ ਇੱਥੇ ਉਹ ਆ ਜਾਂਦੀਆਂ ਪਈਆਂ 3-4, ਬਸ ਇਹਨਾਂ ਦਾ ਆਹੀ ਹਾਲ ਆ। ਅਤੇ ਚਲੋ ਖੈਰ ਵਧੀਆ, ਜਿਵੇਂ ਵੀ ਸਹੀ ਲੱਗਦਾ ਕਿਸੇ ਨੂੰ। ਆਹ ਵੇਖੋ ਆਹ 2 ਬਾਲਾਂ ਨੇ ਜਿਹੜਾ ਨਿਸ਼ਾਨੀ ਹੈ ਜਿਹੜੀ ਰੈਂਡਲ ਮਾਲ ਦੀ, ਜਦੋਂ ਤੁਸੀਂ ਆਹ ਵੇਖ ਲਈਆਂ ਸਮਝ ਲਓ ਤੁਸੀਂ ਰੈਂਡਲ ਮਾਲ ਫਿਰਦੇ ਹੋ। ਅਤੇ ਇੱਕ ਕੁੜੀ ਜਿਹੜੀ ਉੱਤੋਂ ਡਿੱਗੀ ਅਸਮਾਨ 'ਚੋਂ, ਅਤੇ ਸੂਰ ਜਿਹੜੇ 3 ਆ ਇਹ ਨਿਸ਼ਾਨੀਆਂ ਨੇ। ਅਤੇ ਨਾਲ ਇੱਥੇ ਉਹ ਜਿਹੜਾ ਬਿਲਡਿੰਗ ਆ ਰਾਈਟ ਸਾਈਡ ਬਣੀ ਹੈ ਪੁਰਾਣੀ ਜੀ, ਇਹਦੇ ਅੰਦਰ ਕੈਫੇ ਬਹੁਤ ਸੋਹਣੇ ਬਣੇ ਆ, ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ, ਅਤੇ ਕਾਫੀ ਕਾਫੀ ਬਹੁਤ ਅੱਛੀ ਹੁੰਦੀ, ਸੋਹਣੀ ਹੁੰਦੀ ਆ। ਚਲੋ ਅੱਜ ਦੀ ਵੀਡੀਓ ਇਹੀ ਸੀਗੀ, ਵੇਖੋ ਅੱਜ ਦੀ ਵੀ ਟਾਈਮ ਨਹੀਂ ਹੈ ਸੀ ਨਹੀਂ, ਅਤੇ ਪਹਿਲਾਂ ਬਹੁਤ ਟਾਈਮ ਲੰਮਾ ਹੋ ਗਿਆ ਨਾ ਵੀਡੀਓ ਨਹੀਂ ਪਾਈ, ਕੋਈ ਨਹੀਂ ਆ 2-1.5 ਮਹੀਨਾ ਡੇਢ ਹੋਰ ਆ ਫਿਰ ਵਿਹਲੀ ਹਾਂ। ਲਓ ਜੀ ਕਰੋ ਇੰਜੋਏ ਤੁਸੀਂ, ਫਿਰ ਮਿਲਦੇ ਹਾਂ, ਹੱਸਦੇ ਵੱਸਦੇ ਜਾਂਦੇ ਰਹੋ।